ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ, ਤੇ ਮੈਂ ਹਾਂ ਸੁਰਖਾਬ ਚੰਦ। ਦੋਸਤੋ, MP ਦੇ ਪਿੰਡ ਦਾ ਰਿਪੋਰਟ ਕਾਰਡ ਜਾਣਨ ਲਈ ਆਪਾਂ ਪਹੁੰਚ ਚੁੱਕੇ ਹਾਂ ਭਗਵੰਤ ਮਾਨ ਵੱਲੋਂ ਗੋਦ ਲਏ ਪਿੰਡ ਬੇਨੜਾ ਵਿਖੇ। ਬੇਨੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਜੀ, ਅਤੇ ਇਹਦੇ ਵਿੱਚ ਜਦੋਂ ਪਿੰਡ ਗੋਦ ਲਿਆ ਗਿਆ ਸੀ, ਭਗਵੰਤ ਮਾਨ ਵੱਲੋਂ ਬੜੇ ਦਾਅਵੇ ਕੀਤੇ ਗਏ ਸੀ ਕਿ ਪਿੰਡ ਦਾ ਵਿਕਾਸ ਕਰਾਵਾਂਗਾ। ਮੈਂ ਇਸ ਜਗ੍ਹਾ ਜਿੱਥੇ ਖੜ੍ਹਾ ਹਾਂ, ਇਹ ਬੇਨੜਾ ਪਿੰਡ ਦਾ ਗੇਟ ਹੈ। ਸੋ ਪਿੰਡ ਦੇ ਅੰਦਰ ਆਪਾਂ ਚੱਲਦੇ ਹਾਂ ਅਤੇ ਜਾਣਦੇ ਹਾਂ ਲੋਕਾਂ ਦਾ ਕੀ ਕਹਿਣਾ ਹੈ MP ਭਗਵੰਤ ਮਾਨ ਬਾਰੇ ਅਤੇ ਉਹਨਾਂ ਵੱਲੋਂ ਲਏ ਗਏ ਗੋਦ ਇਸ ਪਿੰਡ ਦੇ ਵਿਕਾਸ ਬਾਰੇ। ਵੋਟਾਂ ਵੇਲੇ ਬਥੇਰੀਆਂ ਗੱਲਾਂ ਮਾਰ ਦਿੱਤੀ ਜੀ, ਕੋਈ ਕੰਮ ਨਹੀਂ ਹੋਏ ਜੀ। ਪੁਲ ਨਹੀਂ ਲਵਾਇਆ, ਫੋਕੇ ਬਾੜੇ ਝੂਠੇ ਲਾਰੇ। ਵੋਟਾਂ 'ਚ ਜਿੱਤਿਆ ਦਿਓ ਵੀ ਗਰਾਦੀ ਮੇਰੀ ਫਾਜੂ, ਫਿਰ ਦੇਖੋ ਮੇਰੇ ਕੰਮ। ਗਰਾਦੀ ਘੱਸ ਕੇ ਜਮੀ ਟੁੱਟੇ ਗਈ ਜੇ, ਅਤੇ ਜਦੋਂ ਵੀ ਮੀਂਹ ਕਣੀ 'ਚ ਬਾਹਰ ਹੀ ਟਾਈਮ ਕੱਢਦੇ ਨੇ ਜੀ, ਨਾ ਅੰਦਰ ਬੈਠਣ ਜੋਗਰੇ ਦਾ ਹੀ ਨਹੀਂ ਗਾ ਜੀ। ਨਹੀਂ ਜੀ, ਨਹੀਂ ਕੋਈ ਨਹਾਰ ਨਹੀਂ ਬਦਲੀ ਜੀ। ਇਹ ਨਹੀਂ ਪਤਾ ਕਿੰਨੀਆਂ ਕੁ ਮੌਤਾਂ ਹੋ ਗਈਆਂ ਹੁਣ, ਇੱਥੇ ਦਾ ਟਰੈਕਟਰ ਵੀ ਥੱਲੇ ਡਿੱਗੇ ਨੇਗੇ। ਸੋ ਦੋਸਤੋ, ਆਪਾਂ ਪਹੁੰਚ ਚੁੱਕੇ ਹਾਂ ਬੇਨੜਾ ਪਿੰਡ ਦੀ ਸੱਥ ਦੇ ਵਿੱਚ। ਬੇਨੜਾ ਪਿੰਡ ਜਿਹੜਾ ਕਿ MP ਭਗਵੰਤ ਮਾਨ ਨੇ ਗੋਦ ਲਿਆ ਸੀ, ਅਤੇ ਇਸ ਪਿੰਡ ਨੂੰ ਮਾਡਲ ਪਿੰਡ ਜਾਂ ਆਦਰਸ਼ ਪਿੰਡ ਬਣਾਉਣ ਦੀ ਗੱਲ ਕਹੀ ਸੀ। ਸੋ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਸੱਥਾਂ ਤੋਂ ਸ਼ੁਰੂ ਹੁੰਦੀ ਹੈ। ਸੋ ਆਓ ਆਪਾਂ ਜਾਣਦੇ ਹਾਂ ਬੇਨੜਾ ਪਿੰਡ ਦੇ ਸੱਥ ਦੇ ਵਿੱਚ ਬੈਠੇ ਬਜ਼ੁਰਗਾਂ ਤੋਂ ਕਿ ਉਹਨਾਂ ਦਾ MP ਭਗਵੰਤ ਮਾਨ ਅਤੇ ਉਸ ਪਿੰਡ ਬਾਰੇ ਕੀ ਕਹਿਣਾ ਆ। ਹਾਂਜੀ, ਕੀ ਨਾਮ ਬਜ਼ੁਰਗ ਤੁਹਾਡਾ? ਮਹਿੰਦਰ ਸਿੰਘ ਹੈ ਜੀ। ਅੱਛਾ ਮਹਿੰਦਰ ਸਿੰਘ ਜੀ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪਿੰਡ 'ਚ ਰਹਿੰਦੇ ਨੂੰ? ਮੈਨੂੰ ਹੁਣ 70 ਸਾਲ ਹੋ ਗਏ ਜੀ ਜਨਮ ਨੂੰ। 70 ਸਾਲ ਹੋ ਗਏ, ਤੁਸੀਂ ਕਹਿ ਰਹੇ ਹੋ। ਅੱਛਾ, ਤੁਹਾਡਾ ਪਿੰਡ ਜਿਹੜਾ MP ਭਗਵੰਤ ਮਾਨ ਨੇ ਉਹਨਾਂ ਗੋਦ ਲਿਆ ਹੋਇਆ ਆ, ਠੀਕ ਹੈ, ਕੀ ਵਿਕਾਸ ਕਰਾਇਆ ਉਹਨਾਂ ਨੇ ਆਪਦੇ 4 ਸਾਲਾਂ ਦੌਰਾਨ ਪਿੰਡ 'ਚ? ਉਹਨੇ ਜੀ ਪੈਸਾ ਭੇਜਿਆ ਸੀ ਸਕੂਲ ਦੇ ਪਾਂਬਰੇ ਪਵਾਏ ਨੇ ਜੀ, ਕੁਛ ਉਹੀ ਬੰਦਿਆਂ ਨੂੰ ਜਿਹਨਾਂ ਨੂੰ ਪੈਸਾ ਦਿੱਤਾ ਸੀ, ਉਹਨਾਂ ਨੇ ਆਪਦਾ ਪੈਸਾ ਲਾ ਤਾ। ਹਾਂਜੀ, ਹੋਰ ਕੋਈ ਗੱਲ? ਆਪ ਕਦੇ ਗੇੜਾ ਮਾਰਿਆ ਉਹਨਾਂ ਨੇ? ਆਪ ਪਹਿਲਾਂ ਬਹੁਤ ਆਏ ਨੇ ਜੀ, ਪੈਸੇ ਵਕਤ ਵੀ ਆਏ ਨੇ ਜੀ, ਪਰ ਹੁਣ ਨਹੀਂ ਅਜੇ। ਹੁਣ ਨਹੀਂ? ਹਾਂ। ਅੱਛਾ, ਕਿੰਨਾ ਕੁ ਚਿਰ ਹੋ ਗਿਆ ਹੁਣ ਨਹੀਂ ਆਏ ਜਿਹੜੇ? ਹੁਣ ਤਾਂ ਮੇਰਾ 6 ਮਹੀਨੇ ਹੋ ਗਏ ਹੋਣਗੇ। 6 ਮਹੀਨੇ ਹੋ ਗਏ, ਓਕੇ। ਤੁਹਾਡਾ ਕੀ ਨਾਮ ਹੈ ਜੀ? ਪਰਮਜੀਤ ਬਾਈ। ਅੱਛਾ ਪਰਮਜੀਤ, ਭਗਵੰਤ ਮਾਨ ਨੇ ਮਤਲਬ ਬਹੁਤ ਵੱਡੇ ਦਾਅਵੇ ਕੀਤੇ ਸੀ ਪਿੰਡ ਨੂੰ ਆਦਰਸ਼ ਬਣਾਉਣ ਦੀ, ਸੋ ਉਹਨਾਂ ਦੇ ਕਾਰਜਕਾਲ ਦੌਰਾਨ ਪਿੰਡ ਦਾ ਕੁਛ ਸੁਧਰਿਆ ਆ? ਸੁਧਰਿਆ ਬਾਈ, ਵਿੱਚੀ ਦਾ ਕਹਿੰਦੇ ਨੇ ਪੈਸੇ ਮੋੜ ਦਿੰਦੇ ਨੇ, ਇਹ ਕੋਈ ਪਤਾ ਨਹੀਂ ਲੱਗਦਾ ਵੀ ਪੰਚਾਇਤਾਂ ਕਰਕੇ ਵੀ ਉਹ ਨਹੀਂ ਕਰਦੇ। ਉਹ ਕਹਿੰਦਾ ਮੈਂ ਭੇਜੇ ਨੇ, ਇੱਥੇ ਕੋਈ ਸਮਝ ਨਹੀਂ ਆਉਂਦੀ ਬਈ, ਜੇ ਕਹਿੰਦੇ ਆ ਗੱਲਾਂ ਬੁਰੀਆਂ ਜਾਂਦੀਆਂ ਨੇ, ਇਹ ਗੱਲਾਂ 'ਚ ਕਹਿ ਨਹੀਂ ਸਕਦੇ। ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਪੈਸੇ ਭੇਜੇ ਆ, ਇੱਧਰੋਂ ਕਹਿ ਦਿੰਦੇ ਮੋੜ ਦਿੰਦੇ ਆ, ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਵੀ ਪਿੰਡ ਦੇ ਵਿੱਚ MP ਬਣਨ ਨਾਲ ਜਾਂ ਉਹਨਾਂ ਦੇ ਗੋਦ ਲੈਣ ਨਾਲ ਕੋਈ ਵੱਖਰਾ ਕੁਛ ਨਵੀਂ ਚੀਜ਼ ਹੋਈ ਹੈ, ਕੋਈ ਸੁਧਾਰ? ਫਿਰ ਵੀ ਨਵੀਂ ਚੀਜ਼ ਤਾਂ ਕੋਈ, ਸਕੂਲ ਜ਼ਰੂਰ ਇੱਕ ਉਹਨਾਂ ਨੇ ਬਣਾਇਆ ਸਕੂਲ ਦੇ ਵਿੱਚ, 4-2 ਕਮਰੇ, ਪਤਾ ਨਹੀਂ ਉਹਦੇ ਖਾਸਾ 1 ਲੱਖ ਰੁਪਇਆ, ਉਹ ਵੀ ਉਹਨੇ ਪੰਚਾਇਤ ਨੇ ਲਿੱਤੇ ਨੇ, ਮੁੰਡਿਆਂ ਨੇ ਨੂੰ ਉਹ ਬਣਾ ਕੇ ਉਹਨੇ ਕਮਰੇ ਪਵਾਏ, ਤਿਆਰ ਕਰਾ ਕੇ ਗਿਆ। ਅੱਛਾ, ਕੀ ਨਾਂ ਬਾਪੂ ਤੁਹਾਡਾ? ਮਾਨ ਸਿੰਘ ਜੀ। ਪਿੰਡ ਦੇ ਵਿੱਚ ਡਿਸਪੈਂਸਰੀ ਹੁੰਦੀ ਆ ਜਾਂ ਜਿਹੜੀ ਮੁੱਢਲੀਆਂ ਸਹੂਲਤਾਂ ਗੱਲ ਕਰ ਲਈਏ ਆਪਾਂ, ਮਿਲਦੀਆਂ ਨੇ ਉਹ ਸਹੀ ਮਿਲ ਜਾਂਦੀਆਂ ਸਮੇਂ 'ਤੇ? ਨਹੀਂ ਜੀ, ਕੋਈ ਹੈ ਨਹੀਂ ਕੋਈ ਪ੍ਰਬੰਧ ਉਹਨਾਂ ਦਾ ਨਾ। ਪਿੰਡ ਦੇ ਵਿੱਚ ਪਾਣੀ ਦੀ ਪ੍ਰੋਬਲਮ ਕਿੰਨੀ ਕੁ ਆ ਰਹੀ ਆ? ਪਾਣੀ ਦੀ ਵਿੱਚ ਠੀਕ ਆ, ਠੀਕ ਆ ਪਾਣੀ ਦਾ। ਹਾਂ ਜੀ, ਉਦੋਂ ਬਾਅਦ ਆਪਾਂ ਗੱਲ ਕਰ ਲਈਏ ਬੱਚਿਆਂ ਨੂੰ, ਕੋਈ ਸਕੂਲ ਜਿਹੜਾ ਕਿੱਦਾਂ ਦਾ ਹੈ ਇੱਥੇ ਦੇ? ਸਕੂਲ 2-3 ਸਕੂਲ ਲੜੇ ਤੇ ਜੀ, ਵਧੀਆ ਨੇ ਸਕੂਲ ਤਾਂ। ਸਕੂਲ ਵਧੀਆ? ਹਾਂਜੀ ਹਾਂ, ਵੱਡੇ ਸਕੂਲ 'ਚ ਪੜ੍ਹਾਈ ਵਧੀਆ ਹੁੰਦੀ ਹੋਣਾ ਜੀ, 12ਵੀਂ ਦੇ 'ਚ। ਨਹੀਂ, ਭਗਵੰਤ ਮਾਨ ਦੇ ਵੱਲੋਂ ਕੋਈ ਕੰਮ ਕਰਵਾਇਆ ਗਿਆ ਸਕੂਲਾਂ ਦੇ ਵਿੱਚ ਪਿੰਡ ਦੇ ਵਿੱਚ? ਜੋ ਵਿਰੋਧੀ ਸਰਕਾਰ ਉਹਨੂੰ ਹੋਣ ਨਹੀਂ ਦਿੰਦੇ ਕਪਾਉਂਦੇ, ਠੀਕ ਹੈ ਨਾ, ਇਕੱਲੇ ਦਾ ਕੀ ਫਾਇਦੇ ਵਾਲਾ। ਹਾਂਜੀ ਹਾਂ, ਸਰਦਾਰ ਉਹ ਮਤਲਬ ਕਹੀਂ ਤਾਂ ਬਹੁਤ ਗਿਆ ਜੀ, ਪੁਲ ਵੀ ਕਹਿੰਦਾ ਸੀ ਮੈਂ ਬਣਾ ਦੂੰ, ਠੀਕ ਹੈ ਜੀ, ਟੁੱਟੇ ਹੋਏ ਨੇ ਦੋ ਸਾਡੇ ਜੀ, ਪਰ ਉਹ ਸਰਕਾਰਾਂ ਦੇ ਉਲਟ ਕੋਈ ਉਹ ਲਿਖ ਲੁਖ ਕੇ ਦੇ ਦਿੰਦਾ ਸੀ, ਕੋਈ ਬਣਿਆ ਪੁਲ ਤਾਂ ਬਣੇ ਨਹੀਂ, ਕਮਰੇ ਸਕੂਲ 'ਚ ਪਵਾ ਗਿਆ ਵਧੀਆ, ਫਿਰ ਭੇਜਿਆ ਜੀ 10 ਲੱਖ ਇੱਥੋਂ ਪੰਚਾਇਤ ਨੇ, ਵਿਰੋਧੀ ਧਿਰ ਕਰਕੇ ਮੋੜਤਾ ਸਕੂਲ ਨੂੰ। ਅੱਛਾ ਜੀ, ਤੁਸੀਂ ਕਹਿ ਰਹੇ ਵੀ ਵਿਰੋਧੀ ਧਿਰ ਹੋਣ ਕਰਕੇ ਵੀ ਸਰਕਾਰਾਂ ਵੱਲੋਂ ਜਿਹੜੀ ਗ੍ਰਾਂਟ ਆਉਂਦੀ ਹੈ, ਭਗਵੰਤ ਮਾਨ ਵੱਲੋਂ ਜਿਹੜੀ ਗ੍ਰਾਂਟ ਆਉਂਦੀ ਸਵੀਕਾਰੀ ਨਹੀਂ ਜਾਂਦੀ, ਉਹ ਮੋੜੀ ਜਾਂਦੀ ਆ। ਇਦੋਂ ਇਲਾਵਾ ਆਪਾਂ ਕਰ ਦਈਏ ਬਜ਼ੁਰਗੋ, ਕਦੇ ਭਗਵੰਤ ਮਾਨ ਖੁਦ ਮਿਲਣ ਆਏ ਨੇ ਤੁਹਾਨੂੰ ਪਿੰਡ ਦੇ ਵਿੱਚ? ਬਹੁਤ ਗੇੜੇ ਮਾਰਦਾ ਰਿਹਾ ਜੀ, ਆਉਂਦੇ ਤਾਂ ਰਹੀ ਨੇ, ਵਧੀਆ ਗੱਲਾਂ ਸੁਣਾਉਂਦਾ ਰਿਹਾ ਉਰੇ ਲੋਕਾਂ ਨੂੰ। ਅੱਛਾ, ਤੁਹਾਨੂੰ ਵਿਸ਼ਵਾਸ ਹੈ ਉਹਨਾਂ ਦੇ ਹੁਣ ਵੀ? ਵਿਸ਼ਵਾਸ ਤਾਂ ਹੁਣ ਉੱਧਰ ਹੀ, ਹੁਣ ਜਦੋਂ ਤੀਜੀ ਧਿਰ ਵਾਂਗੂ ਲੋਕਾਂ 'ਚ ਉੱਭਰੀ ਤੀ, ਵਿਸ਼ਵਾਸ ਤਾਂ ਹੁਣ ਲੋਕਾਂ ਦਾ ਹੈਗਾ ਹੀ ਆ ਜੀ, ਹੁਣ ਤਾਂ ਇਹ ਪਾਰਟੀਆਂ ਖੰਡਿਆਈ ਜਾਂਦੀਆਂ ਨੇ, ਅੱਡੋ ਅੱਡ ਆਪ ਵਿੱਚ ਹੀ ਲੜੀ ਜਾਂਦੇ ਨੇ। ਬਸ ਠੀਕ ਹੈ ਜੀ, ਉਵੇਂ ਹੀ ਚੱਲਦਾ ਕੰਮ, ਤਾਂ ਠੀਕ ਚੱਲ ਰਿਹਾ, ਪਰ ਜੋ ਪੰਚਾਇਤ ਪਰ ਖਿਲਾਫ ਆ, ਭਗਵੰਤ ਮਾਨ ਦੇ ਖਿਲਾਫ, ਜਿਹੜੀ ਪਿੰਡ ਦੀ ਪੰਚਾਇਤ ਭਗਵੰਤ ਮਾਨ ਦੇ ਖਿਲਾਫ ਆ, ਉਹ ਕੰਮ ਨਹੀਂ ਕਰਨ ਦਿੰਦੀ? ਕੰਮ ਨਹੀਂ ਜੀ ਕਰਨ ਦਿੰਦੀ। ਭਗਵੰਤ ਮਾਨ ਕੰਮ ਕਰਦਾ? ਹਾਂ ਜੀ ਹਾਂ, ਕਰਦਾ ਕੰਮ। ਥੋੜ੍ਹਾ ਬੜਾ ਸੁਧਾਰ ਹੋਇਆ, ਕੋਈ ਬੜਾ ਇਹਦੇ 'ਚ ਬਦਲਾਅ ਤਾਂ ਹੈ ਨਹੀਂ ਜੀ, ਜਿਹੜਾ ਪਹਿਲਾਂ ਕੰਮ ਸੀ ਉੱਥੇ ਮਤਲਬ ਖੜ੍ਹਾ ਹੈ, ਕੋਈ ਨਵਾਂ ਕੰਮ ਤਾਂ ਇਹਨਾਂ ਨੇ ਕੋਈ ਕਰਿਆ ਨਹੀਂ ਹੈਗਾ। ਭਗਵੰਤ ਮਾਨ ਨੇ ਨਹੀਂ ਕਰਿਆ ਕੋਈ ਕੰਮ ਜਾਂ ਹੋਇਆ ਨਹੀਂ? ਇਹ ਤਾਂ ਹੁਣ ਅਸੀਂ ਕੀ ਕਹਿ ਸਕਦੇ, ਸਾਨੂੰ ਕੀ ਪਤਾ, ਨਾ ਤਾਂ ਅਸੀਂ ਇਹਨਾਂ ਦੇ ਵਿੱਚ ਹਿੱਸਾ ਲੈਂਦੇ ਹਾਂ, ਓਕੇ, ਨਾ ਇਹ ਸਾਨੂੰ ਕੋਈ ਪਤਾ ਹੈ, ਸਾਨੂੰ ਤਾਂ ਉਹਨੂੰ ਉਹ ਕਹਿ ਦਿੰਦਾ ਮਤਲਬ ਤਾਨਾ ਸਾਹੀ ਚੱਲਦੀ ਆ, ਉਹ ਤਾਂ ਐਲੀਗੇਸ਼ਨ ਲਾ ਦਿੰਦਾ, ਸਾਨੂੰ ਇਹਨਾਂ ਬਾਰੇ ਕੁਛ ਨਹੀਂ ਪਤਾ ਵੀ ਪਿੰਡ 'ਚ ਕੁਛ ਨਹੀਂ ਹੋਇਆ ਹੈਗਾ।
ਮੁਸ਼ਕਲ ਕੀ ਹੈ ਜੀ ਪਿੰਡ 'ਚ ਸਾਰਿਆਂ ਨਾਲੋਂ ਵੱਡੀ ਮੁਸ਼ਕਲ ਜਿਹੜੀ ਆ ਤੁਹਾਨੂੰ ਆਉਂਦੀ ਉਹ ਕੀ ਹੈ? ਮੁਸ਼ਕਲ ਸਾਡੀ ਸਾਰੀ ਪਾਣੀ ਦੀ ਹੈ ਜੀ। ਓਕੇ, ਪਾਣੀ ਦਾ ਨਿਕਾਸ ਨਹੀਂ? ਪਾਣੀ ਦਾ ਨਿਕਾਸ ਨਹੀਂ, ਨਾਲੇ ਭਰੇ ਪਏ ਨੇ ਜੀ। ਉਹ ਰੱਬ ਜਾਣੇ ਵੀ ਪੰਚਾਇਤ ਨਹੀਂ ਕਰਦੀ, ਕੋਈ ਨਹੀਂ ਕਰਦੇ ਜੀ ਉਹ, ਕੋਈ ਕਦੇ ਕੋਈ ਗੱਲਬਾਤ ਨਹੀਂ ਹੋਈ ਪੰਚਾਇਤ ਨਾਲ ਜਾਂ ਕਦੇ? ਪੰਚਾਇਤ ਨੂੰ ਬਥੇਰਾ ਪਿੱਟਦੇ ਆ ਜੀ ਵੀ ਨਾਲੇ ਕਢਾਓ ਜੀ, ਹੁਣ ਬਹੁਤ ਬੁਰਾ ਹਾਲ ਆ ਜੀ। ਓਕੇ, ਸਰਪੰਚ ਕਿਹੜੀ ਪਾਰਟੀ ਦਾ? ਸਰਪੰਚ ਤਾਂ ਸਾਂਝਾ ਜੀ ਹੈ ਜੀ। ਸਾਂਝਾ ਜੀ? ਹਾਂ। ਅਤੇ ਸਰਪੰਚ ਦਾ ਕਹਿਣਾ ਕੀ ਹੈ ਇਸ ਚੀਜ਼ ਨੂੰ ਲੈ ਕੇ? ਜੇ ਤੁਸੀਂ ਮਤਲਬ ਗੱਲਬਾਤ ਕਰਦੇ ਹੋ ਸਰਪੰਚ ਦਾ, ਕੋਈ ਨਾ ਕੋਈ ਬਿਆਨ ਤਾਂ ਆਉਂਦਾ ਹੀ ਹੋਊਗਾ ਇਸ ਚੀਜ਼ ਨੂੰ? ਸਰਪੰਚ ਕੋਈ ਰਾਹ ਹੀ ਨਹੀਂ ਦਿੰਦਾ ਜੀ, ਉਹ ਕਹਿੰਦਾ ਵੀ ਇਹ ਤਾਂ ਹੋ ਗਿਆ ਕੰਮ, ਕਰਦਾ ਹੈ ਨਹੀਂ ਜੀ, ਕਰਦਾ ਹੈ ਨਹੀਂ, ਕਹਿੰਦਾ ਊਂ ਜਵਾਬੀ ਗੱਲਾਂ ਜਿਹੜੀਆਂ ਹੋ ਗਈਆਂ। ਠੀਕ ਆ, ਭਗਵੰਤ ਮਾਨ ਬਾਰੇ ਤੁਸੀਂ ਕੀ ਕਹਿਣਾ? ਤੁਹਾਡੇ ਪਿੰਡ ਗੋਦ ਲਿਆ ਹੋਇਆ ਐਮ ਪੀ ਨੇ, ਪੂਰੀ ਆਸਤੀ ਵੀ ਗੋਦ ਲਿਆ ਹੀ ਕਰਿਆ ਕੁਰਿਆ, ਕੁਛ ਨਹੀਂ ਜੀ, ਕਮਰੇ ਕਮਰੇ ਜ਼ਰੂਰ ਪਾਏ ਨੇ, ਕਿ ਤਿੰਨ ਪਾਏ ਨੇ ਕਿ ਦੋ ਪਾਏ ਨੇ। ਜਿਹੜੀ ਤੁਹਾਡੀ ਆਸ ਸੀ ਹੁਣ ਬਰਕਰਾਰ ਆ ਕਿ ਟੁੱਟ ਗਈ? ਹੁਣ ਹੁਣ ਬਰਕਰਾਰ ਆਸ ਕਿ ਹੁਣ ਟੁੱਟ ਗਈ? ਆਸ਼ਾ ਟੁੱਟ ਗਈ, ਬਣੀ ਕੁਛ ਨਹੀਂ ਜੀ, ਇਹ ਗੋਦ ਦਾ ਬਹੁਤ ਫਰਕ ਹੈ ਜੀ। ਕਿੱਥੇ ਦਾ ਕਿਸੇ ਦਾ ਪੰਜਾਬ 'ਚ ਆਇਆ ਜਾਣਾ ਵੀ ਗੋਦ ਲਿਆ, ਬੇਨੜਾ ਪਿੰਡ ਗੋਦ ਲਿਆ, ਜਿਹੜੀ ਗੋਦ ਲਈ ਗੱਪ ਗੱਲ ਕਰਦੇ ਆ ਕਿ ਵੀ ਛੋਟੇ ਕੁਛ ਹੋਇਆ, ਹੋਇਆ ਹੈ ਨਹੀਂ ਜੀ, ਹੋਇਆ ਕੁਛ। ਹਾਂ ਹਾਂ ਜੀ, ਲਏ ਤੇ ਉਦੋਂ ਵੋਟਾਂ ਵੇਲੇ ਬਥੇਰੀਆਂ ਗੱਲਾਂ ਮਾਰ ਦਿੱਤੇ ਜੀ, ਕੋਈ ਕੰਮ ਨਹੀਂ ਹੋਏ ਜੀ ਇੱਥੇ। ਹੁਣ ਤੁਹਾਨੂੰ ਉਮੀਦ ਹੈ, ਹੁਣ ਤੁਹਾਨੂੰ ਆਸ ਹੈ ਭਗਵੰਤ ਮਾਨ ਤੋਂ ਕੋਈ? ਜਦੋਂ ਜਿੰਨਾ ਚਿਰ ਇਹਨਾਂ ਦਾ ਮਤਲਬ ਅਥਾਰਟੀ ਨਹੀਂ ਬਣਦੀ ਜੀ, ਉਹਨਾਂ ਜਿੰਨਿਆਂ ਤੋਂ ਕੀ ਆਸ ਹੈਗੀ? ਦੋ ਬੰਦਿਆਂ ਤੋਂ, ਤਿੰਨ ਬੰਦਿਆਂ ਤੋਂ ਕੀ ਆਸ ਹੋਊਗੀ? ਟੁੱਟਣ ਵਾਲੇ ਕੰਮ ਹੈ ਜੀ, ਹੁਣ ਤੁਸੀਂ ਤੁਹਾਨੂੰ ਪਤਾ ਹੀ ਹੈ, ਸਾਰੇ ਤਾਂ ਡੱਡੀਆਂ ਦੀ ਪਣਸੇਰੀ 'ਤੇ ਇਕੱਠੀ ਹੋਈ ਹੋਈ ਫਿਰ ਖਿੰਡ ਗਈ। ਬਿਲਕੁਲ ਜਮਾ ਹੀ ਉਹਨਾਂ ਚਿਹਰਾ ਵੀ ਨਹੀਂ ਦੇਖਿਆ ਮੁੜ ਕੇ, ਹਾਂ ਉਹਦਾ ਚਿਹਰਾ ਵੀ ਨਹੀਂ ਵੇਖਿਆ। ਇੱਕ ਵਾਰੀ ਸਵਾਏ ਧੰਨਵਾਦ ਕਰਨ ਆਉਣ ਤੋਂ ਬਾਅਦ ਉਹਨੇ ਕਿਹਾ ਵੀ ਮੈਂ ਪੁੱਲ ਲਵਾਊ, ਪੁੱਲ ਨਹੀਂ ਲਵਾਇਆ, ਫੋਕੇ ਬਾਹਰੇ ਝੂਠੇ ਲਾਰੇ ਹੈ ਜੀ। ਅੱਛਾ, ਉਹਨੇ ਇੱਕ ਗ੍ਰਾਂਟ ਭੇਜੀ ਸਕੂਲ ਨੂੰ, ਉਹ ਸਕੂਲ 'ਚ ਲੱਗੀ ਹੈ, ਉਹ ਜਿਹੜੀ ਆਮ 5 ਕਰੋੜ ਮਿਲਦਾ ਉਹਦਾ, ਬਾਕੀ ਜਿਹੜਾ ਉਹਨੇ ਗੋਦ ਲਿਆ ਉਹਦੇ ਵਿੱਚੋਂ ਇੱਕ ਕੌੜੀ ਨਹੀਂ ਆਈ। ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਕੁਛ ਵੀ ਨਹੀਂ ਕਰਾਇਆ, ਜਿਸ ਸਕੂਲ ਦੇ ਕਮਰੇ ਪਵਾਏ ਨੇ, ਹੈਨਾ? ਕਿੰਨੇ ਕਮਰੇ ਸੀ ਸਕੂਲ ਦੇ? ਸਕੂਲ ਦੇ 2 ਕਮਰੇ ਪਏ। ਅੱਛਾ ਬਾਪੂ ਜੀ, ਹੋਰ ਕੀ ਮੁਸ਼ਕਲਾਂ ਨੇ ਗਲੀਆਂ ਨਾਲੀਆਂ ਪਿੰਡ ਦੀਆਂ? ਨਾਲੀਆਂ, ਸਟਰੀਟ ਲਾਈਟਾਂ, ਕਈ ਨਾਲੀਆਂ ਸਾਫ਼ ਹੀ ਨਹੀਂ ਹੁੰਦੀਆਂ, ਐਡੇ ਐਡੇ ਘਾਹ ਖੜੇ ਨੇ, ਮੱਛਰ ਪਲ ਰਿਹਾ ਹੈ ਜੀ। ਜਦੋਂ ਭਗਵੰਤ ਮਾਨ ਜਾਂ ਨਵੀਂ ਤੀਜੀ ਧਿਰ ਖੜੀ ਹੋਈ ਸੀ, ਲੋਕਾਂ ਦੀ ਉਮੀਦ ਬੱਝੀ ਸੀ ਨਾਲ, ਤੁਹਾਡੀ ਉਮੀਦ ਹੁਣ ਬਰਕਰਾਰ ਆ ਕਿ ਟੁੱਟ ਗਈ? ਟੁੱਟ ਗਈ ਉਹ ਤੋਂ ਹੀ ਵੱਲੋਂ। ਜੀਰੋ? ਹਾਂ, ਪਿੰਡ ਦੇ ਵਿੱਚ ਆਪਾਂ ਗੱਲ ਕਰਦੇ ਕਿ ਮਾਲਵੇ ਖੇਤਰ ਦਾ ਪਿੰਡ ਪੈਂਦਾ ਆ, ਨਸ਼ੇ ਦਾ ਬੜਾ ਭਾਰੂ ਅਸਰ ਰਿਹਾ ਆ ਇਸ ਖੇਤਰਾਂ ਦੇ ਵਿੱਚ, ਪਰ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਕਿੰਨਾ ਗਾ? ਨਸ਼ਾ ਜੀ ਥੋੜ੍ਹਾ ਬਹੁਤ ਹੀ ਆ, ਕੋਈ ਖਾਸ ਨਹੀਂ, ਕੋਈ ਖਾਸ ਨਸ਼ਾ ਹੀ ਨਹੀਂ ਹੈ ਇੱਥੇ। ਗੱਲ ਕਰ ਲਈਏ 4 ਸਾਲਾਂ ਦੌਰਾਨ ਕੋਈ ਫਰਕ ਪਿਆ ਨਸ਼ੇ ਨੂੰ, ਮੰਨ ਲਓ ਘਟਿਆ ਕੁਛ? ਨਾ, ਨਸ਼ਾ ਘਟਿਆ ਨਹੀਂ ਹੈਗਾ, ਚਿੱਟਾ ਤਾਂ ਹੀ ਹੈ ਨਹੀਂ, ਚਿੱਟਾ ਨਹੀਂ ਹੈਗਾ, ਸਾਡੇ ਚਿੱਟਾ ਨਹੀਂ, ਹਾਂ ਬਚਿਆ ਬੈ ਚਿੱਟੇ ਤੋਂ। ਦੋਸਤੋ ਬਹੁਤ ਵੱਡੀ ਗੱਲ ਹੈ ਕਿ ਇੱਕ ਅਜਿਹਾ ਪਿੰਡ ਹੈ ਸੰਗਰੂਰ ਜਿਹੜਾ ਮਾਲਵੇ ਖੇਤਰ, ਕਿਉਂਕਿ ਨਸ਼ਾ ਸਭ ਤੋਂ ਵੱਧ ਮਾਲਵੇ ਖੇਤਰ 'ਚ ਹੀ ਵਿਕਦਾ ਆ, ਸੋ ਇਹ ਪਿੰਡ ਨਸ਼ੇ ਦੇ ਪ੍ਰਕੋਪ ਤੋਂ ਜਾਂ ਨਸ਼ੇ ਦੇ ਉਸ ਕਹਿਰ ਤੋਂ ਬਚਿਆ ਹੋਇਆ ਆ, ਸੋ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਬਜ਼ੁਰਗਾਂ ਨਾਲ। ਜਸਵੀਰ ਸਿੰਘ ਜੀ, ਪਿੰਡ ਦੇ ਵਿੱਚ ਮੰਨ ਲਓ ਭਗਵੰਤ ਮਾਨ ਨੇ ਗੋਦ ਲਿਆ ਤੁਹਾਡਾ ਪਿੰਡ, ਹੈ ਨਾ, ਪਿੰਡ ਨੂੰ ਕੋਈ ਨੁਹਾਰ ਬਦਲੀ ਪਿੰਡ ਦੀ ਕਿ ਨਹੀਂ? ਨਹੀਂ ਜੀ, ਨਹੀਂ ਕੋਈ ਨੁਹਾਰ ਨਹੀਂ ਬਦਲੀ ਜੀ, ਆਏ ਤਾਂ ਪਿੰਡ ਬਾਰੇ ਧੰਨਵਾਦ ਕਰ ਰਹੇ, ਧੰਨਵਾਦ ਕਰਦੇ ਨੇ, ਹੋਰ ਦਾ ਵੋਟਾਂ ਹੋਰ ਨੇ ਪਾਈਆਂ ਤੀਆਂ। ਅੱਛਾ, ਵੋਟਾਂ ਹੋਰ ਦੀਆਂ ਪਾ ਗਈਆਂ, ਧੰਨਵਾਦ ਕਿਸੇ ਹੋਰ ਦਾ ਕਰਕੇ? ਧੰਨਵਾਦ ਜੀ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਨੇ, ਉਹਨਾਂ ਦਾ ਕਰਕੇ ਗਏ ਨੇ। ਯਾਰ ਤੁਸੀਂ, ਤੁਹਾਨੂੰ ਹਜੇ ਗੁੱਸਾ ਵੀ ਤੁਹਾਡਾ ਧੰਨਵਾਦ ਨਹੀਂ ਕਰਕੇ ਗਏ? ਗੁੱਸਾ ਸਾਹਿਬ ਨੂੰ ਆਇਆ ਜੀ, ਬਥੇਰਾ ਬਥੇਰਿਆਂ ਦੰਦ ਚੱਬੇ, ਪਰ ਉਹ ਕਾਹਨੂੰ ਮੰਨਦੇ ਨੇ ਲੀਡਰ? ਠੀਕ ਹੈ। ਅੱਛਾ, ਤੁਹਾਨੂੰ ਜੋ ਮਤਲਬ ਆਪਾਂ ਗੱਲ ਕਰ ਲਈਏ, ਪਿੰਡ ਦੇ ਵਿੱਚ ਸਹੂਲਤਾਂ ਮਿਲਦੀਆਂ ਹੁੰਦੀਆਂ, ਸੁਵਿਧਾ ਹੈ ਨਾ ਕਹਿ ਦਈਏ, ਜਾਂ ਆਪ ਮੁੜਦੀਆਂ ਗੱਲਾਂ ਕਰ ਲਈਏ, ਪਿੰਡ ਦੇ ਵਿੱਚ ਗਲੀਆਂ ਨਾਲੀਆਂ ਜਾਂ ਕੁਛ ਹੋਰ ਆ, ਕੁਛ ਵੱਖਰਾ ਹੋਇਆ ਭਗਵੰਤ ਮਾਨ ਦੇ ਗੋਦ ਲੈਣ ਤੋਂ ਕਿ ਨਹੀਂ? ਭਗਵੰਤ ਮਾਨ ਨੇ ਕੁਛ ਨਹੀਂ ਕਰਿਆ ਜੀ, ਦੂਜੀ ਪਾਰਟੀ ਨਹੀਂ ਕਰਿਆ, ਅਕਾਲੀ ਪਾਰਟੀ ਕਰ ਰਹੀ ਸੀ, ਉਹ ਕਰ ਗਏ ਆਪਦਾ। ਅਕਾਲੀ ਪਾਰਟੀ ਵੱਲੋਂ ਮਾੜਾ ਮੋਟਾ ਕੰਮ ਤੁਸੀਂ ਕਹਿੰਦੇ ਕਰਵਾਇਆ ਗਿਆ, ਪਿੰਡ ਭਗਵੰਤ ਮਾਨ ਨੇ ਗੋਦ ਲੈਣ ਤੋਂ ਬਾਅਦ ਕੁਛ ਨਹੀਂ ਕਰਵਾਇਆ? ਹੁਣ ਤਾਂ ਇਕੱਲੇ ਸਕੂਲ ਦੇ 2 ਕਮਰੇ ਪਵਾਏ ਨੇ ਜੀ, ਹੋਰ ਕੁਛ ਨਹੀਂ ਕਰਾ ਕੇ ਗਿਆ? ਕੁਛ ਨਹੀਂ, ਪਰ ਕਈ ਥਾਂ ਪਿੰਡਾਂ ਵਾਲਾ ਦਾ ਕਹਿਣਾ ਇਹ ਆ ਕਿ ਪੰਚਾਇਤ ਦੂਜੀ ਸਰਕਾਰ ਦੀ ਆ, ਭਗਵੰਤ ਮਾਨ ਦੂਜੀ ਧਿਰ ਦਾ ਆ, ਸੋ ਆਪਸ 'ਚ ਰਲ ਕੱਢ ਮਿਲ ਨਹੀਂ ਰਹੀ ਚੰਗੀ ਤਰ੍ਹਾਂ, ਉਹਦਾ ਵੀ ਕਿਤੇ ਨਾ ਕਿਤੇ ਪ੍ਰਭਾਵ ਪਿੰਡ ਵਾਸੀਆਂ ਨੂੰ ਕਿਤੇ ਸਾਹਮਣਾ ਕਰਨਾ ਪੈ ਰਿਹਾ? ਇਹ ਤਾਂ ਜੀ ਹੁਣ ਕੀ ਕਹਿ ਸਕਦਾ, ਆਪਸ ਰਲੇ ਮਿਲੇ ਨੇ ਸਾਰੇ, ਕੀ ਪਤਾ ਲੱਗਦਾ ਕਿਵੇਂ ਨੇ ਉਹ ਗ੍ਰਾਂਟਾਂ ਮਿਲਦੀਆਂ ਨੇ, ਵਾਪਸ ਹੋ ਜਾਂਦੇ ਨੇ ਆਪਸ 'ਚ ਮਿਲ ਕੇ ਹੀ ਚੱਲਦਾ ਇਹ ਕੰਮ। ਕਦੇ ਪੁੱਛਿਆ ਆ ਤੁਸੀਂ ਭਗਵੰਤ ਮਾਨ ਤੋਂ ਵੀ ਕਿੰਨੇ ਪੈਸੇ ਪਿੰਡ ਨੂੰ ਆਏ ਆ? ਇਹ ਕੁਛ ਨਹੀਂ ਪੁੱਛਿਆ ਜੀ ਕਿਸੇ ਨੇ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜੀ ਦਰਸ਼ਨ ਸਿੰਘ। ਦਰਸ਼ਨ ਸਿੰਘ ਜੀ, ਪਿੰਡ ਬਾਰੇ ਤੁਸੀਂ ਕੀ ਕਹਿਣਾ? ਪਿੰਡ ਬਾਰੇ ਕਰੇ ਹੀ ਕੁਛ ਨਹੀਂ ਕਿਸੇ ਨੇ ਵੀ ਜੀ, ਕਿਸੇ ਨੇ ਕੁਛ ਨਹੀਂ, ਨਾ ਜੀ। ਕੀ ਮੁਸ਼ਕਲਾਂ ਨੇ? ਸਾਡੇ ਮੁਸ਼ਕਲ ਪਾਣੀ ਦੀ ਬਹੁਤ ਆ ਜੀ, ਨਿਕਾਸੀ ਨਹੀਂ ਹੁੰਦੀ। ਹਾਂ, ਨਿਵਾਸੀ ਨੇ, ਜਮੀਨ ਨਹੀਂ ਹੈਗੀ ਜੀ, ਪਾਣੀ ਜਾਣਾ ਇਹਨੂੰ ਜਾਂਦਾ, ਪਹਿਲਾਂ ਇਹਨੂੰ ਫੇਰ ਮੁੜ ਕੇ ਆਉਂਦਾ ਜੀ। ਹਾਂ, ਸੀਵਰੇਜ ਪਾਣੀ ਚਾਹੀਦਾ ਜੀ ਸਾਡੇ ਪਿੰਡ ਦੇ ਵਿੱਚ, ਸੀਵਰੇਜ ਪੈਣਾ ਚਾਹੀਦਾ। ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਕੋਈ? ਪੀਣ ਵਾਲਾ ਪਾਣੀ ਵਧੀਆ ਪ੍ਰਬੰਧ ਹੈਗਾ ਜੀ ਸਾਡੇ, ਟੈਂਕ
ਜੇ ਜਿਹੜਾ ਆਪਾਂ ਗੱਲ ਕਰ ਲਈਏ ਹੋਰ ਮੰਨ ਲਓ ਬੜੇ ਦਾਅਵੇ ਵਾਅਦੇ ਕਰਦੇ ਹੁੰਦੇ ਨੇ, ਠੀਕ ਹੈ, ਭਗਵੰਤ ਮਾਨ ਨੇ ਵੀ ਕੀਤੇ ਸੀ, ਸੋ ਤੁਹਾਨੂੰ ਕੋਈ ਭਗਵੰਤ ਮਾਨ ਨੇ ਆਪਦੇ ਵਾਅਦੇ 'ਚ ਕੋਈ ਵਾਅਦਾ ਪੂਰਾ ਕੀਤਾ? ਨਾ ਜੀ, ਕੋਈ ਨਹੀਂ ਕਰਿਆ, ਕੋਈ ਵਾਅਦਾ ਪੂਰਾ ਨਹੀਂ, ਕੋਈ ਨਹੀਂ ਕਰਿਆ ਜੀ। ਫਿਰ ਦੇਖਿਓ ਉਹ ਕਿੱਥੇ ਗਰਾਰੀ ਫਸਾਉਣੀ ਬਾਪੂ ਜੀ ਨੇ, ਉਹ ਕਹਿੰਦਾ ਜੀ ਮੈਨੂੰ ਵੋਟਾਂ 'ਚ ਜਿਹਦਾ ਜਿੱਤਿਆ ਦਿਓ ਵੀ ਗਰਾਰੀ ਮੇਰੀ ਫਾਜੂ, ਫਿਰ ਦੇਖਿਓ ਮੇਰੇ ਕੰਮ। ਹੁਣ ਗਰਾਰੀ ਫਸੀ ਹੈ, ਘੱਸ ਗਈ ਗਰਾਰੀ, ਘੱਸ ਕੇ ਜਮੀ ਟੁੱਟੇ ਗਈ। ਤੁਸੀਂ ਸੁਣ ਰਹੇ ਹੋ ਵੈਸੇ ਤਾਂ ਬਜ਼ੁਰਗਾਂ ਦਾ, ਪਿੰਡ ਦੇ ਬਜ਼ੁਰਗਾਂ ਦਾ ਵਿਅੰਗ ਆ ਭਗਵੰਤ ਮਾਨ 'ਤੇ ਕਿ ਉਹ ਕਹਿੰਦੇ ਸੀ ਕਿ ਮੇਰੀ ਗਰਾਰੀ ਫਸ ਜਾਣ ਦਿਓ, ਗਰਾਰੀ ਫਸਣ ਦਾ ਮਿਲ ਲਵੇ ਆ ਵੀ ਮੇਰਾ ਇੱਕ ਪੱਤਾ ਸਿੱਧਾ ਪੈ ਜਾਣ ਦਿਓ, ਮੈਂ ਪਿੰਡ ਦਾ ਵਿਕਾਸ ਕਰਾਊਂਗਾ। ਪੱਤਾ ਵੀ ਸਿੱਧਾ ਪੈ ਗਿਆ, ਸ਼ਾਇਦ ਉਹ ਗਰਾਰੀਆਂ ਜਿਹੜੀਆਂ ਗੱਲ ਉਹ ਫਸਾਉਣ ਦੀ ਗੱਲ ਕਰਦੇ ਸੀ ਉਹ ਟੁੱਟ ਚੁੱਕੀਆਂ ਨੇ, ਘੱਸ ਚੁੱਕੀਆਂ ਨੇ, ਅਤੇ ਲੋਕਾਂ ਦਾ ਵਿਸ਼ਵਾਸ ਵੀ ਉਸ ਗਰਾਰੀ ਨਾਲ ਹੀ ਟੁੱਟ ਚੁੱਕਾ ਆ। ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਬੇਨੜਾ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ। ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ 35 ਬੱਚਿਆਂ ਦਾ ਭਵਿੱਖ ਇੱਥੇ ਬਣਦਾ ਆ, 35 ਬੱਚੇ ਪੜ੍ਹਦੇ ਨੇ। ਸੋ ਤੁਸੀਂ ਦੇਖੋ ਸਕੂਲ ਦੀ ਹਾਲਤ ਕਿੰਨੀ ਖਸਤਾ ਆ। ਜਿਸ ਕਮਰੇ ਵਿੱਚ ਜਾਂ ਸਕੂਲ ਦੇ ਜਿਸ ਕਲਾਸ ਵਿੱਚ ਮੈਂ ਖੜ੍ਹਾ ਹਾਂ, ਇਹਦੀ ਛੱਤ ਡਿੱਗ ਚੁੱਕੀ ਹੈ। ਮੀਂਹ ਦੇ ਦਿਨਾਂ ਵਿੱਚ ਇਹ ਛੱਤਾਂ ਚੋਣ ਲੱਗ ਪੈਂਦੀਆਂ ਨੇ, ਬੱਚਿਆਂ ਦੇ ਜਿਹੜੇ ਭਵਿੱਖ ਦਾ ਦਾਅ 'ਤੇ ਲੱਗਿਆ ਹੋਇਆ। ਤੁਸੀਂ ਦੇਖ ਸਕਦੇ ਮੇਰੇ ਖੱਬੇ ਹੱਥ ਉੱਪਰ ਬਹੁਤ ਵੱਡਾ ਮੋਰਾ ਨਿਕਲਿਆ ਹੋਇਆ ਹੈ, ਇੱਟਾਂ ਡਿੱਗ ਕੇ ਬਾਲੇ ਡਿੱਗ ਕੇ ਥੱਲੇ ਆ ਚੁੱਕੇ ਨੇ। ਸੋ ਬੱਚਿਆਂ ਦਾ ਭਵਿੱਖ ਬਹੁਤ ਵੱਡੇ ਪੱਧਰ ਦੇ ਦਾਅ 'ਤੇ ਲੱਗਿਆ ਹੋਇਆ। MP ਵੱਲੋਂ ਜਾਂ MLA ਵੱਲੋਂ ਇਸ ਚੀਜ਼ ਵੱਲ ਕੋਈ ਧਿਆਨ ਦਿੱਤਾ ਗਿਆ? ਸੋ ਆਓ ਆਪਾਂ ਸਥਾਨਕ ਨਿਵਾਸੀ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਚੀਜ਼ ਬਾਰੇ ਕੀ ਕਹਿਣਾ ਹੈ। ਹਾਂਜੀ, ਕੀ ਨਾਮ ਆ ਤੁਹਾਡਾ? ਬਲਵਿੰਦਰ ਸਿੰਘ। ਬਲਵਿੰਦਰ ਜੀ, ਇਸ ਸਕੂਲ ਦੀ ਹਾਲਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਕੂਲ ਦੀ ਹਾਲਤ ਸਾਹਮਣੇ ਹੈ ਤੁਹਾਡੇ, ਨਾ ਸਾਡੇ ਕਿਸੇ MP ਨੇ ਨਾ ਆਪਣੇ MLA ਸਾਹਿਬ ਨੇ ਕੋਈ ਸਾਰ ਲਿੱਤੀ। ਬੱਚੇ ਇੱਥੇ ਜਦੋਂ ਵੀ ਮੀਂਹ ਕਣੀ 'ਚ ਬਾਹਰ ਹੀ ਟਾਈਮ ਕੱਢਦੇ ਨੇ ਜੀ, ਨਾ ਅੰਦਰ ਬੈਠਣ ਯੋਗ ਰਹੀ ਨਹੀਂ ਗਾ ਜੀ। ਅਸੀਂ ਦੇਖ ਰਹੇ ਹਾਂ ਸਕੂਲ ਦੇ ਵਿੱਚ ਸਿਰਫ ਇੱਕ ਬਰਾਂਡਾ ਆ ਜਿੱਥੇ ਬਹਿ ਕੇ ਬੱਚਾ ਪੜ੍ਹਦੇ ਰਹੇ, ਬਾਕੀ ਜਿਹੜੇ 3-4 ਕਮਰੇ ਨੇ ਆਉਂਦੀ ਆ ਤਾਂ ਵੀ ਉੱਥੇ ਬੈਠੇ ਹੁੰਦੇ ਨੇ ਵਿਚਾਰੇ ਬੱਚੇ, ਅੰਦਰ ਕਿੱਥੇ ਆਉਣਗੇ ਯਾਰ, ਟੁੱਟ ਕੇ ਡਿੱਗ ਸਕਦਾ ਉੱਥੇ। ਅੱਛਾ, ਕੋਈ ਪੰਚਾਇਤ ਵੱਲੋਂ ਜਾਂ MP ਵੱਲੋਂ ਕੋਈ ਫੰਡ ਨਹੀਂ ਆਇਆ ਸਕੂਲ ਨੂੰ? ਕੋਈ MP ਵੱਲੋਂ ਫੰਡ ਨਹੀਂ, ਕੋਈ MLA ਵੱਲੋਂ ਫੰਡ ਨਹੀਂ ਆਇਆ ਜਿੱਥੇ। ਅੱਛਾ, ਇਸ ਜ਼ਮੀਨ ਬਾਰੇ ਪਤਾ ਲੱਗਿਆ ਵੀ ਇਹ ਗੁਰਦੁਆਰਾ ਸਾਹਿਬ ਨੇ ਜ਼ਮੀਨ ਦਿੱਤੀ ਸੀ ਸਕੂਲ ਨੂੰ? ਸਾਮਲਾਟ ਦੀ ਜ਼ਮੀਨ ਸੀਗੀ ਜੀ, ਇਹ ਇੱਧਰਲੇ ਪਾਸੋਂ ਜਿਹੜਾ ਦੂਸਰੀ ਸਾਈਡ ਹੈ ਇਹ ਗੁਰਦੁਆਰਾ ਸਾਹਿਬ ਨੂੰ ਥੋੜ੍ਹੀ ਕਵਰ ਕਰੀਏ ਜੀ, ਉਹਦੇ ਵਿੱਚ ਲੰਗਰ ਹਾਲ ਬਣਾਇਆ ਅਤੇ ਮੂਹਰਲੀ ਜਗ੍ਹਾ ਉਹ ਗੁਰਦੁਆਰਾ ਸਾਹਿਬ ਨੇ ਬਣਾ ਕੇ ਦਿੱਤੀ ਜੀ ਮੂਹਰੇ, ਉਹ ਬਰਾਂਡਾ ਜਿਹੜਾ ਨਵਾਂ ਗੁਰਦੁਆਰਾ ਸਾਹਿਬ ਨੇ ਬਣਾ ਕੇ, ਕਮੇਟੀ ਨੇ ਬਣਾ ਦਿੱਤਾ ਜੀ। ਹਾਂ, ਮਤਲਬ ਤੁਸੀਂ ਕਹਿੰਦੇ ਕਮੇਟੀ ਵੱਲੋਂ ਬਰਾਂਡਾ ਬਣਾਇਆ ਗਿਆ, ਕਿਸੇ ਵਿਧਾਇਕ ਵੱਲੋਂ, ਕਿਸੇ ਲੋਕ ਸਭਾ ਮੈਂਬਰ ਵੱਲੋਂ? ਸਾਰਾ ਗੁਰਦੁਆਰਾ ਸਾਹਿਬ ਦਾ ਪੈਸਾ ਲੱਗਾ ਜੀ ਉਹਦੇ ਉੱਤੇ। ਨਹੀਂ ਨਹੀਂ ਕੋਈ ਸਿਆਸੀ ਪਾਰਟੀ ਨਹੀਂ, ਆਹ ਪੁਰਾਣੀ ਜਗ੍ਹਾ ਬਣੀ ਵੀ ਆ ਸਕੂਲ ਦੀ, ਇਹ ਤੁਹਾਡੇ ਸਾਹਮਣੇ ਹੀ ਦੇਖ ਲਓ, ਬੱਚੇ ਦਾ ਬਣਦਾ ਵੀ ਡਰ ਇਹਦੇ ਥੱਲੇ ਦਾ। ਸੋ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਇਸ ਸਕੂਲ ਦੇ ਅੰਦਰ ਬੈਠਣਾ। ਕੋਈ ਅੰਦਰ ਬੈਠਣ ਦਾ ਉੱਪਰ ਹੈ ਨਹੀਂ ਸਿਸਟਮ, ਕੋਈ ਸਿਆਲ 'ਚ ਬੱਚੇ ਇੱਥੇ ਬੈਠਣੇ ਨੇ ਜੀ ਬਾਹਰ ਵਿਚਾਰੇ ਬਰਾਂਡੇ 'ਚ। ਸੋ ਸਥਾਨਕ ਨਿਵਾਸੀ ਦਾ ਕਹਿਣਾ ਹੈ ਕਿ ਸਿਆਲ ਵੀ ਯਾਨੀ ਕਿ ਠੰਡ ਆਉਣ ਵਾਲੀ ਹੈ, ਠੰਡ ਦੇ ਦੌਰਾਨ ਬੱਚੇ ਇਸੇ ਤਰ੍ਹਾਂ ਬਰਾਂਡੇ ਵਿੱਚ ਬੈਠ ਕੇ ਪੜ੍ਹਨਗੇ ਕਿਉਂਕਿ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਸਰਕਾਰੀ ਜਾਂ ਆਪਾਂ ਕਹਿ ਦਈਏ ਨੁਮਾਇੰਦਿਆਂ ਵੱਲੋਂ ਜਾਂ ਪਿੰਡ ਦੀ ਪੰਚਾਇਤ ਵੱਲੋਂ। ਸੋ ਦੋਸਤੋ ਬਿਲਕੁਲ ਵੇਖਿਆ ਜਾਵੇ ਤਾਂ ਬਹੁਤ ਹੀ ਤਰਸਯੋਗ ਹਾਲਤ ਹੈ ਇਸ ਸਕੂਲ ਦੀ, ਕਿਉਂਕਿ 35 ਬੱਚੇ ਇਸ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਦੇ ਨੇ ਅਤੇ ਉਹਨਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਆ। ਪੱਖਿਆਂ ਨੂੰ ਹੱਥ ਲੱਗਦਾ ਆਰਾਮ ਨਾਲ ਦੇਖੋ ਜੀ, ਹੱਥ ਲੱਗ ਸਕਦਾ ਜੀ ਨਾਲ ਕੋਈ ਬੱਚਾ, ਬਹੁਤ ਨੀਵੀਆਂ ਨੇ। ਬਿਲਕੁਲ ਸਹੀ ਗੱਲ ਹੈ ਕਿ ਪੱਖਿਆਂ ਨੂੰ ਹੱਥ ਲੱਗ ਰਿਹਾ ਆ ਬੱਚੇ, ਪਤਾ ਨਹੀਂ ਰੱਬ ਹੀ ਜਾਣਦਾ ਕਿ ਜੇ ਆਪਾਂ ਗੱਲ ਕਰ ਰਹੀਏ ਤਾਂ ਕੀ ਰਾਖਾ ਕੌਣ ਆ। ਤੁਸੀਂ ਖੁਦ ਦੇਖ ਸਕਦੇ ਹੋ ਮੇਰਾ ਹੱਥ ਪਹੁੰਚ ਚੁੱਕਿਆ, ਪੱਖਾ ਇੰਨਾ ਕੁ ਨੀਵਾਂ ਆ, ਛੱਤਾਂ ਉੱਥੇ ਹੀ ਖੜੀਆਂ ਨੇ, ਬੇਸ਼ੱਕ ਦੀ ਬਾਹਰ ਬਰਾਂਡਾ ਪੈ ਚੁੱਕਿਆ ਆ, ਪਰ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਸਕੂਲ ਦੀ। ਕਿਸੇ ਸਮੇਂ ਕੋਈ ਵੱਡੀ ਅਣਹੋਣੀ ਘਟਨਾ ਹੋ ਸਕਦੀ ਹੈ ਜਿਹਦੇ ਵਿੱਚ ਬੱਚਿਆਂ ਦੀ ਜਾਨ ਤੱਕ ਵੀ ਜਾ ਸਕਦੀ ਹੈ, ਪਰ MP ਨੂੰ ਜਾਂ ਵਿਧਾਇਕਾਂ ਨੂੰ ਜਾਂ ਸਰਕਾਰੀ ਨੁਮਾਇੰਦਿਆਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਬੱਚਿਆਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਆ। ਦੋਸਤੋ ਇਸ ਜਗ੍ਹਾ 'ਤੇ ਜਿੱਥੇ ਮੈਂ ਹੁਣ ਮੈਂ ਖੜ੍ਹਾ ਹਾਂ, ਬੇਨੜਾ ਪਿੰਡ ਦੀ ਡਿਸਪੈਂਸਰੀ ਆ ਮੇਰੇ ਪਿੱਛੇ, ਤੁਸੀਂ ਦੇਖ ਸਕਦੇ ਹੋ ਇਹ ਡਿਸਪੈਂਸਰੀ ਬੰਦ ਪਈ ਹੈ, ਜਿਸ ਕਰਕੇ ਪਿੰਡ ਵਾਲਿਆਂ ਨੂੰ ਜੋ ਸਿਹਤ ਸੇਵਾਵਾਂ ਜਾਂ ਸਹੂਲਤਾਂ ਮਿਲਦੀਆਂ ਨੇ ਉਹ ਬਿਲਕੁਲ ਇੱਕ ਵਾਰ ਬੰਦ ਹੋ ਚੁੱਕੀਆਂ ਨੇ, ਖਤਮ ਹੋ ਚੁੱਕੀਆਂ ਨੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਜੋ ਡਿਸਪੈਂਸਰੀ ਡਾਕਟਰ ਹੈ ਉਹ ਕਦੇ ਕਦਾਂ ਹੀ ਹਾਜ਼ਰੀ ਭਰਦੀ ਹੈ। ਸੋ ਦੇਖਿਆ ਜਾਵੇ ਤਾਂ ਜਿਹੜੀ ਮੁੱਢਲੀ ਸਹੂਲਤਾਂ ਜਾਂ ਸਿਹਤ ਸੇਵਾਵਾਂ ਪਿੰਡ ਵਾਸੀਆਂ ਨੂੰ ਬੱਚਿਆਂ ਨੂੰ ਮਿਲਣੀਆਂ ਹੁੰਦੀਆਂ ਨੇ ਉਹ ਵੀ ਦਹਾਤੇ ਲੱਗੀਆਂ ਹੋਈਆਂ ਨੇ, ਅਤੇ ਇਹ ਜਿਹੜਾ ਬਿਲਡਿੰਗ ਬਣੀ ਹੋਈ ਆ ਇੱਕ ਤਰ੍ਹਾਂ ਬਿਲਕੁਲ ਖਸਤਾ ਹਾਲਤ ਹੈ, ਖੰਡਰ ਵਰਗੀ ਹੈ। ਸਕੂਲ ਦੀ ਬਿਲਡਿੰਗ ਤੁਸੀਂ ਵੇਖੀ ਸੀ ਉਹ ਵੀ ਬਿਲਕੁਲ ਖੰਡਰ ਬਣਿਆ ਹੋਇਆ, ਜਿਸ ਕਰਕੇ ਤਕਰੀਬਨ 35-40 ਗਰੀਬ ਬੱਚਿਆਂ ਦਾ ਜਿਹੜਾ ਭਵਿੱਖ ਉਹ ਦਾਅ 'ਤੇ ਲੱਗਿਆ ਹੈ। ਮੇਰੇ ਸੱਜੇ ਹੱਥ ਤੁਸੀਂ ਦੇਖ ਸਕਦੇ ਹੋ ਕਿ ਨਰੇਗਾ ਵਾਲਿਆਂ ਦੀ ਇੱਕ ਇਮਾਰਤ ਬਣ ਰਹੀ ਹੈ ਜੋ ਅੱਧ ਦੇ ਵਿਚਕਾਰ ਖੜ੍ਹੀ ਹੋ ਚੁੱਕੀ ਹੈ, ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਕਿ ਸਰਕਾਰ ਇੱਕ ਪਾਸੇ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਨਹੀਂ ਦਿੰਦੀ, ਜਿਸ ਕਰਕੇ ਬੱਚਿਆਂ ਦਾ ਭਵਿੱਖ ਦਾਅ
ਅਰਥ ਹੀ ਨਹੀਂ ਹੈ ਜਿਨ੍ਹਾਂ ਦਾ ਕੋਈ ਮਤਲਬ, ਜੇ ਆਪਾਂ ਗੱਲ ਕਰੀਏ ਕੋਈ ਮੁੱਲ ਹੀ ਨਹੀਂ ਪੈਂਦਾ ਹੈ। ਸਰਕਾਰਾਂ ਕੁਝ ਕੁ ਲੋਕਾਂ ਨੂੰ ਖੁਸ਼ ਕਰਨ ਲਈ ਜਾਂ ਸਿਰਫ ਇੱਕ ਅਡੰਬਰ ਰਚਾਉਣ ਲਈ ਚੀਜ਼ਾਂ ਕਰਦੀਆਂ ਨੇ, ਪਰ ਜੋ ਅਸਲ ਵਿਕਾਸ ਹੈ ਉਹਨਾਂ 'ਤੇ ਕੁਐਸਚਨ ਮਾਰਕ ਅਜੇ ਵੀ ਲੱਗਿਆ ਹੋਇਆ ਆ। ਦੋਸਤੋ, ਅਸੀਂ ਬੇਨੜਾ ਪਿੰਡ ਦੇ ਉਸ ਪੁਲ ਅੱਗੇ ਖੜ੍ਹੇ ਹਾਂ ਜਿੱਥੇ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹੈ। ਲੋਕਾਂ ਲਈ ਜਾਂ ਪਿੰਡ ਵਾਸੀਆਂ ਲਈ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਹੈ ਇਹੀ ਹੈ, ਰਾਹਗੀਰਾਂ ਲਈ ਵੀ ਇਹੀ ਮੁਸ਼ਕਿਲ ਬਣਦਾ ਹੈ ਕਿਉਂਕਿ ਪਿੰਡ ਦੇ, ਕਿਉਂਕਿ ਇਸ ਪੁਲ ਦੀ ਜਿਹੜੀ ਹਾਲਤ ਆ ਬਹੁਤ ਖਸਤਾ ਆ ਅਤੇ ਲੋਕਾਂ ਦੀ ਜਾਨ ਵੀ ਦਾਅ 'ਤੇ ਲੱਗੀ ਹੋਈ ਆ। ਆਓ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਦੇ, ਉਹਨਾਂ ਦਾ ਕੀ ਕਹਿਣਾ ਇਸ ਪਿੰਡ ਬਾਰੇ ਅਤੇ ਆਪਣੇ ਐਮ ਪੀ ਭਗਵੰਤ ਸਿੰਘ ਬਾਰੇ। ਹਾਂਜੀ, ਕੀ ਨਾਮ ਤੁਹਾਡਾ ਬਾਈ? ਮੇਰਾ ਨਾਮ ਅਰਸ਼ਦੀਪ ਬਾਈ। ਅੱਛਾ, ਇਸ ਪੁਲ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੁਲ ਬਾਰੇ ਤਾਂ ਇਹੀ ਕਹਿਣਾ ਚਾਹੁੰਦਾ ਜੀ, ਮੇਰੀ ਉਮਰ 24 ਸਾਲ ਦੀ ਹੋ ਗਈ ਆ, ਜਦੋਂ ਦੀ ਮੇਰੀ ਸੁਰਤ ਸਾਂਭਲੀ ਆ ਵੀ ਮੈਂ ਇਹਨੂੰ ਦੇਖ ਰਿਹਾ ਹਾਂ ਇੱਦਾਂ ਦੀ ਹੈਗਾ। ਖੁਦ ਸਾਡਾ ਆਪਦਾ ਪਰਿਵਾਰ ਦਾ ਮੈਂਬਰ ਇਹਦੇ ਵਿੱਚ ਡਿੱਗਿਆ ਸੀਗਾ ਵੀ ਉਹਦੀ ਮੌਤ ਹੋ ਚੁੱਕੀ ਆ, 6:00 ਦੀ ਗਹਿਰੀ ਉਹਦੇ ਵੀ, ਉਹਦਾ ਇਲਾਜ ਵੀ ਚਲਾਇਆ ਸੀ ਨੇ, ਠੀਕ ਨਹੀਂ ਹੋਇਆ ਹੈਗਾ, ਉਹਦੀ ਮੌਤ ਹੋ ਚੁੱਕੀ ਸੀਗੀ। ਤੁਸੀਂ ਕਦੇ ਪੰਚਾਇਤ ਨਾਲ ਜਾਂ ਸਰਕਾਰੀ ਜਿਹੜੇ ਨੁਮਾਇੰਦੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਇਸ ਪੁਲ ਬਾਰੇ? ਪੰਚਾਇਤ ਦੇ ਸਰਪੰਚ ਨੇ ਤਾਂ ਪਿੰਡ 'ਚ ਨਹੀਂ ਕੁਛ ਕਰਿਆ ਹੈਗਾ, ਪਿੰਡ ਦੇ ਬਾਰੇ ਵੀ ਕੀ ਕਰੂਗਾ ਉਹ? ਐਮ ਪੀ ਭਗਵੰਤ ਮਾਨ ਤੁਹਾਡਾ ਪਿੰਡ ਗੋਦ ਲਿਆ ਉਹਨਾਂ ਨੇ, ਉਹਨਾਂ ਨੂੰ ਇਸ ਮਤਲਬ ਪੁਲ ਬਾਰੇ ਕੁਛ ਵੀ ਨਹੀਂ ਪਤਾ ਕਿ ਉਹ ਕਦੇ ਅੱਜ ਤੱਕ ਪਿੰਡ ਦੇ ਵਿੱਚ ਆ ਕੇ ਖੜਿਆ ਵੀ ਨਹੀਂ ਹੈਗਾ ਜੀ, ਕਦੇ ਨਹੀਂ ਅੱਜ ਤੱਕ ਆਇਆ ਹੈਗਾ। ਗੋਦ ਲੈਣ ਦੌਰਾਨ ਬੜੇ ਵੱਡੇ ਦਾਅਵੇ ਵਾਅਦੇ ਕੀਤੇ ਉਹਨਾਂ ਨੇ ਵੀ ਪਿੰਡ ਨੂੰ ਆਦਰਸ਼ ਬਣਾਊਂਗਾ, ਮਾਡਲ ਬਣਾਊਂਗਾ, ਇਸ ਪੁਲ ਦਾ ਤੁਸੀਂ ਕਹਿੰਦੇ ਕੁਛ ਸੁਧਾਰ ਨਹੀਂ ਹੋਇਆ? ਕਦੇ ਅੱਜ ਤੱਕ ਪਿੰਡ ਦੇ ਵਿੱਚ ਨਹੀਂ ਆਇਆ ਜੀ ਕੋਈ? ਕੋਈ ਆਇਆ ਨਹੀਂ, ਕੋਈ ਨਹੀਂ ਆਇਆ। ਕੀ ਨਾਂ ਤੁਹਾਡਾ ਜੀ? ਰਣਧੀਰ ਸਿੰਘ ਜੀ। ਤੁਸੀਂ ਇਸ ਪੁਲ ਬਾਰੇ ਕੀ ਕਹਿਣਾ ਚਾਹੁੰਦੇ? ਅਸੀਂ ਭਗਵੰਤ ਮਾਨ ਨੂੰ ਵੀ ਪੁਲ ਦਿਖਾਏ ਨੇ ਜੀ ਦੋ ਇਹ, ਅਤੇ ਉਹ ਤੋਂ ਬਾਅਦ ਕੋਈ ਇਹਦਾ ਹੱਲ ਨਹੀਂ ਹੋਇਆ। ਇਹ ਮਾਰਕੀਟ ਕਮੇਟੀ ਦੇ ਅੰਦਰ ਹੈ ਅਤੇ ਇਹਨੂੰ ਮਾਰਕੀਟ ਕਮੇਟੀ ਦੇ ਵਿੱਚ ਪਿੱਛੇ ਅਸੀਂ ਐਪਲੀਕੇਸ਼ਨ ਵੀ ਦੇਖਿਆ, ਉਹਨਾਂ ਨੇ ਵੀ ਨਹੀਂ ਕੁਛ ਕਰਿਆ ਇਹਦਾ। ਕਿੰਨਾ ਸਮਾਂ ਹੋ ਗਿਆ ਐਪਲੀਕੇਸ਼ਨ ਦਿੱਤੇ ਨੂੰ? 1 ਸਾਲ ਹੋ ਗਿਆ ਜੀ ਪੂਰਾ। 1 ਸਾਲ ਹੋ ਗਿਆ, ਉੱਧਰੋਂ ਕੋਈ ਕਾਰਵਾਈ ਕਰਨ ਵਾਸਤੇ? ਕਾਰਵਾਈ ਨਹੀਂ ਹੋਈ ਜੀ, ਕੋਈ ਜਾਇਜ਼ਾ ਲੈਣ ਵਾਸਤੇ ਵੀ? ਕੋਈ ਜਾਇਜ਼ਾ ਲੈਣ ਵਾਸਤੇ ਨਹੀਂ। ਹਾਂਜੀ, ਅਤੇ ਬਾਕੀ ਕਹਿੰਦੇ ਜੀ ਮਤਲਬ ਕਿ ਥੋੜ੍ਹੇ ਦਿਨਾਂ ਬਾਅਦ ਕੰਮ ਚੱਲ ਦਾਂਗੇ, ਸੀਜ਼ਨ ਤੋਂ ਪਹਿਲਾਂ ਕੰਮ ਚਲਾਉਣਾ ਸੀ ਉਹਨਾਂ ਨੇ ਜੀ, ਉੱਥੇ ਓਕੇ ਕਰਕੇ ਮਤਲਬ ਮੁੜ ਕੇ ਇੱਥੇ ਪਹੁੰਚੀ ਨਹੀਂ ਸਾਡੇ ਕੋਲ ਤਾਂ ਜੀ ਕੋਈ। ਅੱਜ ਤੋਂ 25 ਸਾਲ ਮੈਂ ਤਾਂ ਆਪ ਇਹ ਪੁੱਲ ਨੂੰ ਇਸੇ ਤਰ੍ਹਾਂ ਹੀ ਦੇਖਦਾ, ਟੁੱਟਿਆ ਭੱਜਿਆ ਜੀ। ਸਾਡਾ ਬਾਪੂ ਜੀ ਖੁਦ ਇੱਥੇ ਡਿੱਗ ਪਿਆ ਸੀਗਾ ਜੀ, ਸਵੇਰੇ ਜਦੋਂ 3 ਵਜੇ ਅਸੀਂ ਟਾਲੀਆਂ ਕਰਨ ਵਾਲੀਆਂ ਹੱਕੀਆਂ ਜੀ, ਇੱਥੇ ਡਿੱਗ ਪਿਆ, ਉਹਦਾ ਕੁਦਰਤ ਦੀ ਜਾਨ ਬਚ ਰਹੀ ਸੀ। ਮਤਲਬ ਅਸੀਂ ਤਾਂ ਆਪ ਇਹੀ ਕਰਦੇ ਜੀ, ਮਤਲਬ ਸਾਡੇ ਪਿੰਡ ਦੇ ਆਲਾ ਦੁਆਲਾ ਬਣੇ, ਭਗਵੰਤ ਮਾਨ ਖੁਦ ਆ ਕੇ ਗਿਆ ਜੀ ਇੱਥੇ ਇੱਕ ਵਾਰ ਐਮ ਪੀ, ਅਤੇ ਇੱਕ ਪੁਲ ਅੱਗੇ ਵੀ ਹੈਗਾ ਜੀ, ਉਹਦੇ ਬਾਰੇ ਵੀ ਗੱਲ ਕਰੀ ਸੀ, ਵਿਚਾਰ ਕਰੀ, ਕਹਿੰਦੇ ਹੁਣੀ ਕਰਾਂਗੇ ਸੀ, ਇੱਦੋਂ ਵੀ ਭੈੜੀ ਸੀ ਉਹਦੀ। ਗੋਲਡੀ ਨੇ ਬਣਾਇਆ ਜੀ ਉਹ ਗੋਲਡੀ ਨੇ ਆਪਦੇ ਪੈਸਿਆਂ ਦਾ ਆਪ ਬਣਾਇਆ, ਕਿਸੇ ਤੋਂ ਕੋਈ ਗਰਾਂਟ ਨਹੀਂ ਲਿੱਤੀ, ਅਤੇ ਉਹਨੇ ਸੜਕ 'ਤੇ ਉਹ ਪੁਲ ਉਸ ਨੇ ਬਣਾਇਆ, ਨਹੀਂ ਇਹ ਭਗਵੰਤ ਮਾਨ ਨੇ, ਨਾ ਕਿਸੇ ਹੋਰ ਐੱਮ ਐੱਲ ਏ ਨੇ, ਕਿਸੇ ਨੇ ਅੱਜ ਦੇਖ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ ਇਹਨੂੰ ਜੀ। ਮੈਨੂੰ 50 ਸਾਲ ਦੀ ਉਮਰ ਹੋ ਗਈ, ਅੱਜ ਦੇਖ ਉਹੀ ਪੁਲ ਚੱਲ ਰਿਹਾ, ਉਵੇਂ ਹੀ ਚੱਲਦਾ ਮਤਲਬ ਕਿੰਨੀਆਂ ਕੁ ਮੌਤਾਂ ਤੁਹਾਡੇ ਹਿਸਾਬ ਨਾਲ ਇਸ ਪਿੰਡ ਪੁਲ? ਜੀ ਹੁਣ ਗਿਣੇ ਨਹੀਂ ਸਕਦੇ ਕਿਹੜੇ, ਹੁਣ ਜੇ ਪੂਰੇ ਤੌਰ 'ਤੇ ਗਿਣਾਂਗੇ ਇਹ ਨਹੀਂ ਪਤਾ ਕਿੰਨੀਆਂ ਕੁ ਮੌਤਾਂ ਹੋ ਗਈਆਂ। ਹੁਣ ਇੱਥੇ ਦਾ ਟਰੈਕਟਰ ਵੀ ਥੱਲੇ ਡਿੱਗੇ ਨੇਗੇ, ਮੋਟਰਸਾਈਕਲ ਦਾ ਡਿੱਗਦੀ ਡਿੱਗਦੇ ਨੇ, ਸਿੱਧੀ ਡਿੱਗੀ ਜੀ ਕਿਸੇ ਦੀ, ਇੱਥੇ ਕਾਰ ਛੱਦਮ ਸਿੱਧੀ ਪਲਟ ਗਈ ਜੀ ਇੱਥੇ ਗੱਡੀ ਜੀ। ਹਾਂਜੀ ਅਸੀਂ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਇਸ ਚੀਜ਼ ਬਾਰੇ ਕੀ ਕਹਿਣਾ ਹੈ। ਲੋਕ ਬਹੁਤ ਤੰਗ ਨੇ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਲ ਲੰਬੇ ਸਮੇਂ ਤੋਂ ਇੱਦਾਂ ਟੁੱਟਿਆ, ਖਸਤਾ ਹਾਲਤ ਵਿੱਚ ਆ ਰਿਹਾ ਆ, ਅਤੇ ਸੜਲ ਜਿਹੜੀ ਵੱਡੀ ਮੁਸੀਬਤ ਆ ਰਾਹਗੀਰਾਂ ਲਈ ਇਹੀ ਬਣਦਾ, ਕਈ ਮੌਤਾਂ ਦਾ ਕਾਰਨ ਇਹ ਪੁਲ ਬਣ ਚੁੱਕਿਆ। ਪਰ ਸਰਕਾਰ ਕਹਿ ਦਈਏ ਜਾਂ ਭਗਵੰਤ ਮਾਨ ਜਿਨ੍ਹਾਂ ਨੇ ਇਹ ਪਿੰਡ ਗੋਦ ਲਿਆ ਹੈ, ਉਹ ਆਪਦੀ ਸੱਤਾ ਦੀ ਨੀਂਦ ਤੋਂ ਹਜੇ ਤੱਕ ਨਹੀਂ ਜਾਗੇ। ਹੁਣ ਸਾਡੀ ਤਾਂ ਇਹੀ ਮੰਗ ਆਈ ਵੀ ਇਹ ਪੁਲ ਬਣਨਾ ਚਾਹੀਦਾ ਜੀ, ਉਰੇ ਮੌਤਾਂ ਬਹੁਤ ਹੋ ਗਈਆਂ, ਹੁਣ ਸੀਜ਼ਨ ਦਾ ਕੰਮ ਚੱਲ ਪੈਣਾ ਜੀ, ਗੱਡੀਆਂ ਲੰਘਣਗੀਆਂ ਫਿਰ ਕੋਈ ਨੁਕਸਾਨ ਆ ਜਾਊ, ਵੀ ਸਾਡੀ ਤਾਂ ਇਹੀ ਮੰਗ ਆ ਵੀ ਇਹ ਪੁਲ ਬਣਨਾ ਚਾਹੀਦਾ। ਹੁਣ ਬੇਨੜਾ ਪਿੰਡ ਦਾ ਉਹ ਪੁਲ ਜਿਹੜਾ ਕਿ ਕਈ ਮੌਤਾਂ ਦਾ ਕਾਰਨ ਬਣ ਚੁੱਕਿਆ ਹੈ ਅਤੇ ਹਜੇ ਵੀ ਉਸੇ ਤਰ੍ਹਾਂ ਕਾਲ ਬਣ ਕੇ ਖੜ੍ਹਾ ਹੋਇਆ ਹੈ, ਕਈ ਮੌਤਾਂ ਹੋ ਚੁੱਕੀਆਂ, ਤੁਸੀਂ ਮੇਰੇ ਸੱਜਿਆ ਦੇਖ ਸਕਦੇ ਹੋ ਇਹ ਮੰਡੀ ਆ, ਅਨਾਜ ਮੰਡੀ ਆ। ਜੇ ਗੱਲ ਕਰ ਲਈਏ ਝੋਨੇ ਦਾ ਸੀਜ਼ਨ ਵੀ ਆਉਣ ਵਾਲਾ ਆ, ਅਤੇ ਹੁਣ ਇੱਥੇ ਅਨਾਜ ਕਿਸਾਨਾਂ ਵੱਲੋਂ ਸੁੱਟਿਆ ਜਾਏਗਾ, ਲੋਡਡ ਟਰਾਲੀਆਂ ਦੀ ਗੱਲ ਕਰ ਲਈਏ ਜਾਂ ਹੋਰ ਕਈ ਸਾਧਨ ਜਿਹੜੇ ਕਿ ਲਾਗਲੇ ਪਿੰਡਾਂ ਦੇ ਇੱਥੋਂ ਹੀ ਨਿਕਲਦੇ ਆ, ਇਸ ਪੁਲ ਤੋਂ ਹੀ ਨਿਕਲਦੇ ਆ, ਸੋ ਜਾਣ ਦਾ ਖਤਰਾ ਤਾਂ ਹਰ ਵੇਲੇ ਰਾਹਗੀਰਾਂ ਦਾ ਜਾਂ ਕਿਸਾਨਾਂ ਲਈ ਜਾਂ ਪਿੰਡ ਦੇ ਵਾਸੀਆਂ ਲਈ ਬਣਿਆ ਹੈ। ਜੇ ਗੱਲ ਕਰ ਲਈਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਟ੍ਰੈਫਿਕ ਜਾਮ ਹੁੰਦਾ ਹੈ ਇਸ ਮੇਨ ਰੋਡ ਦੇ ਉੱਪਰ ਜੋ ਧੂਰੀ ਨੂੰ ਰੋਡ ਜਾਂਦਾ ਹੈ, ਮਲੇਰਕੋਟ ਨੂੰ ਰੋਡ ਜਾਂਦਾ ਆ, ਤਾਂ ਸਾਰਾ ਟ੍ਰੈਫਿਕ ਇਸ ਪੁਲ ਰਾਹੀਂ ਪਿੰਡਾਂ ਵੇਦੀ ਹੋ ਕੇ ਮਲੇਰਕੋਟ ਦਾ ਜਾਂ ਧੂਰੀ ਵੱਲ ਨੂੰ ਜਾਂਦਾ ਆ। ਸੋ ਸੋਚ ਸਕਦੇ ਹੋ ਤੁਸੀਂ ਕਿ ਕਿੱਡਾ ਕੁ ਵੱਡਾ ਖਤਰਾ ਪਿੰਡ ਵਾਸੀਆਂ ਲਈ, ਰਾਹਗੀਰਾਂ ਲਈ ਬਣਿਆ ਹੋਇਆ ਹੈ। ਪਰ ਸਰਕਾਰ ਜਾਂ ਐਮ ਪੀ ਜਿਨ੍ਹਾਂ ਨੇ ਪਿੰਡ ਗੋਦ ਲਿਆ, ਭਗਵੰਤ ਮਾਨ ਹਜੇ ਆਪਦੀ ਨੀਂਦ ਤੋਂ ਨਹੀਂ ਜਾਗੇ, ਉਹਨਾਂ ਨੂੰ ਨਹੀਂ ਪਤਾ ਕਿ ਪਿੰਡ ਵਾਸੀ ਕਿਸ ਕਦਰ ਖਤਰੇ ਦੀ ਜਾਂ ਦਾਅ ਥੱਲੇ ਝੱਲ ਰਹੇ ਨੇ ਜਾਂ ਪ੍ਰਭਾਵ ਹੇਠਾਂ ਜਿਉਂ ਰਹੇ ਨੇ।
ਕਾਲਜ ਪਹਿਲਾਂ ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 7374 75 ਸੈਕਟਰ 17D ਚੰਡੀਗੜ੍ਹ। ਕੰਟੈਕਟ 0181 5044 999।